ਖੋਲਣ ਤੋਂ ਬਾਅਦ ਜਿਹੜਾ ਉਹਦਾ ਪੈਰਿੰਗ ਆ ਇਹ ਸੀ ਜਾ ਇਧਰਲੇ ਪਾਸੇ ਦਾ ਲੈਦਰ ਬਿਲਕੁਲ ਉੱਖੜੀ ਪੈਣੇ ਅਤੇ ਦੂਜੇ ਪਾਸੇ ਗੱਲ ਕਰੀਏ ਤਾਂ ਕਲੱਚ ਪਲੇਟ ਦੇ ਲੈਦਰ ਹੈ ਹੀ ਨਹੀਂ ਅਤੇ ਤੋੜਿਆਂ ਛੱਲੀਆਂ ਦਾ ਕੁੱਪਾ ਦੋਗੀਲਿਆਂ ਦਾ ਉਹ ਕੱਢ ਕੇ ਆਉਣਾ ਆਪਾਂ ਆਪਣੇ ਠਿਕਾਣੇ 'ਤੇ ਲਿਆਂਦੀ ਅਤੇ ਕਾਟਰ ਜਿਹੜਾ ਉਹ ਖੇਤ 'ਚ ਲਾਇਆ ਜਾਂਦਾ ਹੁਣ ਮਸ਼ੀਨ ਨੂੰ ਠਿਕਾਣੇ 'ਤੇ ਲਿਆਉਣ ਤੋਂ ਬਾਅਦ ਸਭ ਤੋਂ ਪਹਿਲਾਂ ਆਪਾਂ ਟੂਲਾਂ ਦਾ ਸਮਾਨ ਕੱਢਾਂਗੇ ਟੂਲਾਂ 'ਚੋਂ ਸਮਾਨ ਕੱਢਣ ਦਾ ਆਪਣਾ ਕਾਰਨ ਇਹ ਰਹਿੰਦਾ ਵੀ ਆਪਾਂ ਸਮਾਨ ਲਿਖਦੇ ਹੁੰਦੇ ਹਾਂ ਉਹ ਲਿਖਣ ਦਾ ਕਾਰਨ ਇਹ ਹੁੰਦਾ ਵੀ ਜਿਹੜਾ ਕੁਛ ਮਸ਼ੀਨ ਦੇ ਵਿੱਚ ਘੱਟ ਆ ਉਹ ਜਦੋਂ ਆਪਾਂ ਪੰਜਾਬ 'ਚੋਂ ਵਾਪਸ ਆਵਾਂਗੇ ਤਾਂ ਨਾਲ ਹੁੰਦੇ ਉਹ ਸਮਾਨ ਲਿਆਂਦਾ ਜਾਂਦਾ ਅਤੇ ਜਿਹੜਾ ਕੁਛ ਮਸ਼ੀਨ ਦੇ ਵਿੱਚ ਆ ਉਹ ਵੀ ਲਿਖ ਲੈਂਦੇ ਹੁੰਦੇ ਆ ਵੀ ਕੀ ਮਸ਼ੀਨ ਦੇ ਵਿੱਚ ਹੈਗਾ ਕੀ ਨਹੀਂ ਉਹ ਸਾਰੀਆਂ ਲਿਸਟਾਂ ਬਣਾਵਾਂਗੇ ਹੁਣ ਪਹਿਲਾਂ ਮਸ਼ੀਨ ਦੇ ਆਪਾਂ ਟੂਲ ਖਾਲੀ ਕਰਾਂਗੇ ਟੂਲ ਖਾਲੀ ਕਰਨ ਤੋਂ ਬਾਅਦ ਫਿਰ ਉਹ ਸਮਾਨ ਲਿਖਾਂਗੇ ਆਪਾਂ ਗੁਰੀ ਐਂ ਕਰੋ ਬਈ ਇਹਦੇ ਸਾਰੇ ਟੂਲ ਖਾਲੀ ਕਰ ਲਓ ਮਸ਼ੀਨ ਦੇ ਅਤੇ ਚਾਸੀ ਵਾਲਾ ਹੋ ਗਿਆ ਟਰੰਕ ਹੋ ਗਿਆ ਜਿਹੜੇ ਜਿਹੜੇ ਵੀ ਟੂਲ ਨੇ ਮਸ਼ੀਨ ਦੇ ਉਹ ਸਾਰੇ ਮਤਲਬ ਖਾਲੀ ਕਰ ਲਓ ਹਾਂ ਖਾਲੀ ਕਰਕੇ ਜਿਹੜੀ ਆਹ ਜਗ੍ਹਾ ਸਾਹਮਣੇ ਇੱਥੇ ਇੱਕ ਜਗ੍ਹਾ ਆਪਣਾ ਤਿਰਪਾਲ ਹਾਂ ਪੱਟਾ ਜਿਹਾ ਵਿਛਾ ਕੇ ਉਹਦੇ ਕੱਢ ਲਓ ਸਾਰਾ ਸਮਾਨ ਫਿਰ ਆਪਾਂ ਲਿਖ ਲਿਖ ਕੇ ਦੁਬਾਰਾ ਟੂਲਾਂ 'ਚ ਪਾ ਦਾਂਗੇ ਨਾਲੇ ਮਤਲਬ ਜੇ ਸਾਫ਼ ਕਰਨੀ ਹੋਈ ਤਾਂ ਹੁਣ ਮਸ਼ੀਨ ਨੂੰ ਸਾਫ਼ ਕਰਨ ਤੋਂ ਬਾਅਦ ਫਿਰ ਉਹ ਤੋਂ ਬਾਅਦ 'ਚ ਟੂਲਾਂ 'ਚ ਪਾ ਦਾਂਗੇ ਜੇ ਆਪਾਂ ਇਹ ਮਸ਼ੀਨ ਨੂੰ ਧੋਣ ਲੈ ਕੇ ਗਏ ਤਾਂ ਵੀ ਆਪਾਂ ਨੂੰ ਸਮਾਨ ਕੱਢਣਾ ਪੂ ਨਹੀਂ ਟੂਲਾਂ 'ਚ ਪਾਣੀ ਪੂਣੀ ਪੈ ਜਾਂਦਾ ਅਤੇ ਤੁਸੀਂ ਕੱਢ ਕੇ ਸਮਾਨ ਜਿਹੜਾ ਪੱਟਾ ਉਹਦੇ ਰੱਖ ਦਿਉ ਉਹ ਤੋਂ ਬਾਅਦ ਫਿਰ ਆਪਾਂ ਲਿਖ ਕੇ ਸਾਫ਼ ਕਰਕੇ ਮਸ਼ੀਨ ਫਿਰ ਟੂਲਾਂ 'ਚ ਪਾ ਦਾਂਗੇ ਠੀਕ ਆ ਮਾਮਾ ਮਸ਼ੀਨ ਆ ਗਈ ਅਤੇ ਮੁੰਡਾ ਟੂਲਾਂ 'ਚ ਸਮਾਨ ਲੱਗ ਗਿਆ ਹੁਣ ਅਤੇ ਨਾਲ ਲੱਗ ਕੇ ਤੂੰ ਵੀ ਲਿਖਾ ਦੇ ਉਹ ਤੋਂ ਬਾਅਦ ਇਹ ਮਸ਼ੀਨ ਦੇ ਕਲੱਚ ਜੋ ਵੀ ਆਵਾਜ਼ ਆਉਂਦੀ ਆ ਆਪਾਂ ਦੇਖਾਂਗੇ ਜਦੋਂ ਟੂਲਾਂ ਦਾ ਸਮਾਨ ਖਾਲੀ ਕਰਨ ਤੋਂ ਬਾਅਦ ਲਿਖਣ ਤੋਂ ਬਾਅਦ ਇਹਦਾ ਕਲੱਚ ਖੋਲ੍ਹਾਂਗੇ ਕਿਉਂਕਿ ਆਪਾਂ ਹੁਣ ਕਲੱਚ ਦਾ ਕੰਮ ਕਰਕੇ ਖੜਾ ਕੇ ਜਾਵਾਂਗੇ ਆਉਣ ਤੋਂ ਬਾਅਦ ਜੇ ਆਪਾਂ ਨੂੰ ਮਸ਼ੀਨ ਮਾੜੀ ਮੋਟੀ ਫਸਲ ਕੋਈ ਦਿੰਦੀ ਹੋਈ ਤਾਂ ਚਲਾਉਣੀ ਪੈ ਗਈ ਤਾਂ ਨਾਲ ਦੀ ਨਾਲ ਆਪਾਂ ਮਸ਼ੀਨ ਚਲਾ ਲਾਂਗੇ ਫਿਰ ਆਪਾਂ ਨੂੰ ਇਹ ਨਹੀਂ ਵੀ ਆਉਂਦਾ ਕਲੱਚ ਖੋਲ੍ਹਣਾ ਪਊ ਜਾਂ ਹੁਣ ਜਿਵੇਂ ਖੜਾਵਾਂਗੇ ਮਸ਼ੀਨ ਉਦੋਂ ਵੀ ਮਤਲਬ ਕਲੱਚ ਦੀ ਤੁਹਾਨੂੰ ਪਤਾ ਲੋੜ ਪੈਂਦੀ ਆ ਕਲੱਚ ਦਾ ਹਰ ਜਗ੍ਹਾ ਜਦੋਂ ਮਸ਼ੀਨ ਚੱਲੂਗੀ ਤਾਂ ਕਲੱਚ ਦੀ ਲੋੜ ਆ ਹਾਂ ਬਾਕੀ ਹੁਣ ਵੀ ਇਹਦੀ ਲੋੜ ਆ ਖੜਾਉਣ ਤੱਕ ਅਤੇ ਇਹਦਾ ਜਿਹੜਾ ਕਲੱਚ ਵਾਲਾ ਬੈਰਿੰਗ ਆ ਉਹ ਮੈਨੂੰ ਦੁਬਾਰਾ ਸੀਜ ਲੱਗਦਾ ਮੈਨੂੰ ਲੱਗਦਾ ਇਹਦਾ ਜਿਹੜਾ ਫਿੰਗਰਾਂ ਨੇ ਕਲੱਚ ਵਾਲੀਆਂ ਉਹ ਵੀ ਗਈਆਂ ਅਤੇ ਬੈਰਿੰਗ ਵੀ ਸੀਜ ਆ ਪਹਿਲਾਂ ਆਪਾਂ ਸਮਾਨ ਲਿਖ ਲੈਂਦੇ ਹਾਂ ਸਮਾਨ ਲਿਖਣ ਤੋਂ ਬਾਅਦ ਫਿਰ ਆਪਾਂ ਮਤਲਬ ਇਹਦਾ ਕਲੱਚ ਦਾ ਕੰਮ ਕਰਾਂਗੇ ਕਿਉਂ ਬਈ ਹੁਣ ਐਂ ਆ ਵੀ ਗਰਮੀ ਬਹੁਤ ਆ ਅਤੇ ਗਰਮੀ ਦੀ ਗੱਲ ਕਰੀਏ ਦੁਪਹਿਰੇ ਤੁਹਾਨੂੰ ਪਤਾ ਵੀ ਮਰਨ ਵਾਲੀ ਕੰਮ ਹੁੰਦਾ ਉਹਨੂੰ ਚੰਗਾ ਵੀ ਆਪਾਂ ਹੁਣ ਜੇ ਸਵੇਰੇ ਸਵੇਰੇ ਠੰਡੇ ਠੰਡੇ ਸਾਰਾ ਕੰਮ ਨਮੇੜ ਲਈਏ ਤਾਂ ਚੰਗੀ ਗੱਲ ਆ ਬਸ ਠੀਕ ਆ ਲੱਗ ਜਾਓ ਫਿਰ ਮਾਮਾ ਕਿੰਨਾ ਕੁ ਰਹਿ ਗਿਆ ਦੋ ਤਿੰਨ ਕੁ ਤੇ ਆਪਣਾ ਬੰਦਾ ਆਇਆ ਸੀ ਏਜੰਟ ਦੋ ਕੁ ਕਿੱਲਿਆਂ ਦਾ ਹੱਥੀ ਤੋੜੇ ਹੋਏ ਛੱਲੀਆਂ ਦਾ ਕੁੱਪਾ ਉਹ ਕੱਢ ਕੇ ਆਉਣਾ ਅਤੇ ਉਹ ਤੋਂ ਪਹਿਲਾਂ ਆਪਣੇ ਮਸ਼ੀਨ ਦੇ ਕਲੱਚ ਦਾ ਕੰਮ ਵੀ ਕਰਨਾ ਕਲੱਚ 'ਚ ਆਵਾਜ਼ ਆਉਂਦੀ ਆ ਅਤੇ ਮੈਂ ਕਹਿਣਾ ਜਿਹੜਾ ਤੁਸੀਂ ਮੋਟਾ ਮੋਟਾ ਕੱਢ ਲਿਆ ਠੀਕ ਆ ਬਾਕੀ ਦਾ ਆ ਕੇ ਕੱਢ ਲਾਂਗੇ ਪਹਿਲਾਂ ਕਲੱਚ ਦਾ ਕੰਮ ਕਰ ਲੈਂਦੇ ਕਲੱਚ ਦਾ ਕੰਮ ਕਰਨ ਤੋਂ ਬਾਅਦ ਫਿਰ ਆਪਾਂ ਪਹਿਲਾਂ ਕੁੱਪਾ ਕੱਢਿਆ ਉਹਨੂੰ ਜਾ ਕੇ ਕਿਉਂ ਗੁਰੇ ਹੈਂ ਬਸ ਠੀਕ ਆਓ ਅਸੀਂ ਆ ਵੀ ਕਲੱਚ ਦਾ ਵੀ ਕੰਮ ਕਰਨਾ ਆਪਾਂ ਨੇ ਠੰਡੇ ਠੰਡੇ ਕੱਢਾਂਗੇ ਦੁਪਹਿਰੇ ਗਰਮੀ ਜ਼ਿਆਦਾ ਹੁੰਦੀ ਆ ਅਤੇ ਆਪਾਂ ਜਾ ਕੇ ਸਦੇ ਹਾਂ ਕੰਮ ਨਿਬੇੜਿਆ ਜੀ ਉਹਨਾਂ ਦਾ
ਇੱਥੇ ਕਿੰਨਾ ਕੁ ਟਾਈਮ ਲੱਗੂਗਾ ਮੈਂ ਟੂਲ 'ਚ ਆਉਣਾ? ਬਸ ਠੀਕ ਆ, ਆਪਾਂ ਨੇ ਮਸ਼ੀਨ ਦੇ ਵਿੱਚੋਂ ਵਾਇਰਿੰਗ ਵਾਲੇ ਟੂਲ 'ਚੋਂ ਅਤੇ ਚਾਸੀ ਵਾਲੇ ਟੂਲ 'ਚੋਂ ਆਹ ਸਮਾਨ ਕੱਢਿਆ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਹੋ। ਇੰਨੇ ਨੂੰ ਆਪਣਾ ਜਿਹੜਾ ਏਜੰਟ ਆ ਉਹ ਆ ਗਿਆ ਅਤੇ ਉਹਨੇ ਆ ਕੇ ਦੱਸਿਆ ਵੀ ਤੋੜੀਆਂ ਛੱਲੀਆਂ ਦਾ ਕੁੱਪਾ ਦੋ ਕੀ ਲਿਆਂਦਾ ਉਹ ਕੱਢ ਕੇ ਆਉਣਾ। ਅਤੇ ਆਪਾਂ ਹੁਣ ਮਸ਼ੀਨ ਦਾ ਪਹਿਲਾਂ ਕਲੱਚ ਦਾ ਕੰਮ ਕਰਾਂਗੇ ਕਿਉਂਕਿ ਮਸ਼ੀਨ ਦੇ ਕਲੱਚ 'ਚੋਂ ਖਾਸੀ ਆਵਾਜ਼ ਆਉਂਦੀ ਆ। ਅਤੇ ਸਮਾਨ ਆ ਕੇ ਕੱਢਾਂਗੇ ਹੁਣ ਪਹਿਲਾਂ ਕਲੱਚ ਦਾ ਕੰਮ ਕਰਕੇ ਉਹ 2 ਕਿੱਲਿਆਂ ਦਾ ਕੁੱਪਾ ਕੱਢ ਕੇ ਆਉਣਾ ਆਪਾਂ, ਉਹ ਤੋਂ ਬਾਅਦ ਫਿਰ ਆ ਕੇ ਸਮਾਨ ਕੱਢਾਂਗੇ। ਕਿਉਂ ਮਾਮਾ ਹੁਣ ਕਲੱਚ ਖੋਲ ਦਿਓ? ਹਾਂ ਲਾਹੋ ਜਾਂ ਕਲੱਚ ਖੋਲੋ ਅਤੇ ਖੋਲ ਕੇ ਪਤਾ ਲੱਗੂਗਾ ਵੀ ਕੀ ਚੱਕਰ ਇਹਨੂੰ ਅਤੇ ਕਿਉਂ ਆਵਾਜ਼ ਕਰਦੀ ਆ। ਉਹ ਤੋਂ ਬਾਅਦ ਆਪਣੇ ਕੋਲ 2 ਕਿੱਲਿਆਂ ਦਾ ਉਹ ਕੁੱਪਾ ਆ ਉਹ ਕੱਢ ਕੇ ਆਉਣਾ ਆਪਾਂ ਜਾ ਕੇ। ਆਪਾਂ ਮਸ਼ੀਨ ਦਾ ਕਲੱਚ ਲਾ ਕੇ ਖੋਲਣਾ। ਕਲੱਚ ਖੋਲਣ ਤੋਂ ਜਿੱਥੇ ਤੱਕ ਆਪਾਂ ਨੂੰ ਲੱਗਦਾ ਵੀ ਇਹਦੀਆਂ ਕਲੱਚ ਫਿੰਗਰਾਂ ਅਤੇ ਕਲੱਚ ਵਾਇਰਿੰਗ ਆ, ਕਲੱਚ ਵਾਇਰਿੰਗ ਸੀਜ਼ ਹੋਣ ਕਰਕੇ ਮਸ਼ੀਨ ਜਿਹੜੀਆਂ ਫਿੰਗਰਾਂ ਨੇ ਉਹ ਵੱਗ ਗਈਆਂ ਅਤੇ ਉਹ ਘੱਸ ਗਈਆਂ ਅਤੇ ਹੁਣ ਖੋਲਦੇ ਹਾਂ। ਖੋਲ ਕੇ ਫਿਰ ਦੇਖਦੇ ਹਾਂ ਵਿੱਚੋਂ ਕੀ ਨੁਕਸ ਨਿਕਲਦਾ। ਕਲੱਚ ਦਾ ਕੰਮ ਸੈੱਟ ਕਰਨ ਤੋਂ ਬਾਅਦ ਫਿਰ ਆਪਾਂ ਮਸ਼ੀਨ ਨਾਲ ਜਿਹੜਾ ਕੁੱਪਾ ਉਹ ਕੱਢ ਕੇ ਆਵਾਂਗੇ। ਉਹ ਤੋਂ ਬਾਅਦ ਆ ਕੇ ਜਿਹੜਾ ਸਮਾਨ ਕੱਢਣ ਵਾਲਾ ਮਸ਼ੀਨ 'ਚੋਂ ਕੱਢ ਕੇ ਫਿਰ ਉਹ ਸਮਾਨ ਲਿਖਾਂਗੇ। ਕਿਉਂ ਗੁਰੀ ਤੈਨੂੰ ਕੀ ਲੱਗਦਾ ਵੀ ਕੀ ਇਹ 'ਚ ਚੱਕਰ ਪੈ ਸਕਦਾ ਕਲੱਚ 'ਚ? ਵਾਇਰਿੰਗ ਸੀਜ਼ ਲੱਗਦਾ, ਆਵਾਜ਼ ਕਰਦੀ ਕਲੱਚ ਦੱਬੇ ਤੋਂ, ਉਹੀ ਆ ਫਿਰ ਇਹਦਾ ਵਾਇਰਿੰਗ ਸੀਜ਼ ਲੱਗਦਾ। ਬਾਕੀ ਹੁਣ ਖੋਲ ਕੇ ਪਤਾ ਲੱਗ ਜੂਗਾ। ਆਪਣੇ ਮਸ਼ੀਨ ਦੀ ਕਲੱਚ ਪਲੇਟ ਖੋਲ ਲਈ। ਖੋਲਣ ਤੋਂ ਬਾਅਦ ਜਿਹੜਾ ਵਾਇਰਿੰਗ ਆ ਇਹ ਸੀਜ਼ ਆ, ਇਹ ਵਾਇਰਿੰਗ ਸੀਜ਼ ਹੋਣ ਕਰਕੇ ਜਿਹੜੀਆਂ ਨੇ ਕਲੱਚ ਵਾਲੀਆਂ ਫਿੰਗਰਾਂ ਨੇ ਉਹ ਚੱਕਦੀਆਂ। ਅਤੇ ਕਲੱਚ ਪਲੇਟ ਦੀ ਜੇ ਗੱਲ ਕਰੀਏ ਤਾਂ ਕਲੱਚ ਪਲੇਟ ਵੀ ਆਪਣੀ ਖਤਮ ਹੈ, ਕਿਉਂਕਿ ਆਹ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਸਾਰਾ ਕਲੱਚ ਪਲੇਟ ਦਾ ਕਚਰਾ ਅਤੇ ਕਲੱਚ ਪਲੇਟ ਵੀ ਖਤਮ ਆ। ਬਾਕੀ ਖੋਲਦੇ ਹਾਂ, ਖੋਲਣ ਤੋਂ ਬਾਅਦ ਪਤਾ ਲੱਗ ਜੂ। ਇੱਥੇ ਜ਼ਿਆਦਾਤਰ ਇਹੀ ਪ੍ਰੋਬਲਮ ਆਉਂਦੀ ਆ ਕੁੱਪਿਆਂ ਦੇ ਵਿੱਚ, ਕਿਉਂਕਿ ਸਾਰੀ ਜਿਹੜੀ ਕਲੱਚ 'ਤੇ ਪੈਰ ਰਹਿੰਦਾ ਜਿਹਦੇ ਕਰਕੇ ਗਰਮੀ ਖਾਸੀ ਆ ਜਦੋਂ ਵਾਇਰਿੰਗ ਸੀਜ਼ ਹੋ ਜਾਂਦਾ ਕਲੱਚ ਵਾਲਾ, ਅਤੇ ਉਹ ਤੋਂ ਬਾਅਦ ਇਹ ਫਿੰਗਰਾਂ ਚੱਕ ਦਿੰਦੀ ਆ। ਹੁਣ ਇਹਦੀਆਂ ਫਿੰਗਰਾਂ ਬਦਲਾਂਗੇ, ਕਲੱਚ ਵਾਇਰਿੰਗ ਬਦਲਾਂਗੇ ਅਤੇ ਬਾਕੀ ਮੈਨੂੰ ਲੱਗਦਾ ਇਹਦੇ ਕਲੱਚ ਪਲੇਟ ਵੀ ਬਦਲਣੀ ਪਊ, ਉਹ ਖੋਲ ਕੇ ਪਤਾ ਲੱਗਦਾ। ਕਿਵੇਂ ਲੱਗਦਾ ਤੈਨੂੰ ਕਲੱਚ ਪਲੇਟ ਦਾ ਗੁਰੀ? ਖਾਤਮ ਹੈ ਕਿਉਂਕਿ ਕਚਰਾ ਉਹਦੇ ਵਿੱਚ ਖਾਸ ਆ, ਉਹ ਸਾਰਾ ਕਲੱਚ ਪਲੇਟ ਦੀ ਕਚਰਾ। ਅਤੇ ਬਾਕੀ ਹੁਣ ਖੋਲਦੇ ਹਾਂ, ਕਲੱਚ ਪਲੇਟ ਦਾ ਵੀ ਆਪਣਾ ਪਤਾ ਲੱਗ ਜੂਗਾ, ਵਾਇਰਿੰਗ ਦੇ ਫਿੰਗਰਾਂ ਤਾਂ ਬਦਲੀਆਂ ਜਾਣਗੀਆਂ ਹੈਗੀਆਂ। ਪ੍ਰੈਸਰ ਪਲੇਟ ਆਪਣੇ ਖੋਲ ਲਈ ਅਤੇ ਕਲੱਚ ਪਲੇਟ ਦੀ ਹਾਲਤ ਜਿਹੜੀ ਉਹ ਤੁਸੀਂ ਦੇਖ ਸਕਦੇ ਹੋ। ਇਹਦਾ ਕਲੱਚ ਪਲੇਟ ਦੀ ਹਾਲਤ ਦਾ ਮੇਨ ਕਾਰਨ ਇਹ ਆ ਵੀ ਉਹ ਜਿਹੜੀ ਮਸ਼ੀਨ ਆ ਉਹ ਸਾਰੀ ਦਿਹਾੜੀ ਕੁੱਪਿਆਂ 'ਤੇ ਚੱਲਦੀ ਹੈ ਅਤੇ ਕਲੱਚ 'ਤੇ ਸਾਰੀ ਦਿਹਾੜੀ ਪੈਰ ਰਹਿੰਦਾ, ਅੱਧੇ ਕਲੱਚ ਦੇ ਮਸ਼ੀਨ ਜ਼ਿਆਦਾ ਚੱਲਦੀ ਆ ਜਿਹਦੇ ਕਰਕੇ ਕਲੱਚ ਪਲੇਟ ਦਾ ਆਹ ਹਾਲ ਹੋਇਆ। ਚੱਕੀਆਂ ਗੁਰੀਆਂ ਨੂੰ ਅਤੇ ਤੁਸੀਂ ਕਲੱਚ ਪਲੇਟ ਦਾ ਹਾਲ ਦੇਖ ਸਕਦੇ ਹੋ ਵੀ ਇੱਕ ਪਾਸੇ ਦਾ ਲੈਦਰ ਬਿਲਕੁਲ ਤੁੜ ਗਏ ਖਾਤਮੇ ਨੇ ਅਤੇ ਦੂਜੇ ਪਾਸੇ ਲੈਦਰ ਹੀ ਨਹੀਂ ਹੈਗੇ। ਦੂਜਾ ਪਾਸਾ ਕਰੀ ਗੁਰੀ ਇਹਦਾ, ਜੇ ਇੱਧਰਲੇ ਪਾਸੇ ਲੈਦਰ ਦੀ ਗੱਲ ਕਰੀਏ ਤਾਂ ਲੈਦਰ ਹੈ ਹੀ ਨਹੀਂ ਇੱਥੇ, ਕਿਉਂਕਿ ਪੈਰ ਆ ਜਿਹੜਾ ਉਹ ਸਾਰੀ ਦਿਹਾੜੀ ਕਲੱਚ 'ਤੇ ਰਹਿੰਦਾ, ਅੱਧੇ ਕਲੱਚ 'ਤੇ ਮਸ਼ੀਨ ਚੱਲਦੀ ਆ, ਅੱਧੇ ਕਲੱਚ 'ਤੇ ਕੁੱਪੇ ਚੱਕੇ ਜਾਂਦੇ ਨੇ, ਜਿਹਦੇ ਕਰਕੇ ਕਲੱਚ ਪਲੇਟ ਦਾ ਤੁਸੀਂ ਹਾਲ ਆ ਜਿਹੜਾ ਉਹ ਦੇਖ ਸਕਦੇ ਹੋ। ਇੱਧਰਲੇ ਪਾਸੇ ਬਿਲਕੁਲ ਰਿਪਟੇ ਕੱਢੇ ਗਏ ਅਤੇ ਬਾਕੀ ਹੁਣ ਹੇਠਾਂ ਜਿਹੜਾ ਇਹਦਾ ਫਰਾਈ ਵੀਲ ਆ ਇਹਨੂੰ ਦੇਖਦੇ ਹਾਂ ਵੀ ਇਹਦਾ ਕੀ ਹਾਲ ਚਾਲ ਆ, ਅਤੇ ਜਿਹੜੀ ਉੱਪਰ ਇਹਦੇ ਪ੍ਰੈਸਰ ਪਲੇਟ ਆ ਉਹਨੂੰ ਦੇਖਦੇ ਹਾਂ ਵੀ ਉਹਦਾ ਕੀ ਹਾਲ ਚਾਲ ਆ। ਅਤੇ ਕਲੱਚ ਪਲੇਟ ਦਾ ਐਂ ਲਾ ਲਓ ਵੀ ਖਤਮ ਆ, ਬਿਲਕੁਲ ਲੈਦਰ ਹੈ ਹੀ ਨਹੀਂ ਕਲੱਚ ਪਲੇਟ 'ਤੇ। ਕਿਉਂ ਗੁਰੀ? ਹੈ ਲੈਦਰੇ ਚੱਕ ਦੇਣਾ ਸਾਰੇ, ਆਹ ਸਾਰਾ ਜਿਹੜਾ ਤੁਸੀਂ ਕਚਰਾ ਦੇਖ ਰਹੇ ਹੋ ਕਲੱਚ ਪਲੇਟ ਦੇ ਲੈਦਰਾਂ ਦਾ ਬਣਿਆ ਹੋਇਆ। ਪ੍ਰੈਸਰ ਪਲੇਟ ਖੋਲਣ ਤੋਂ ਬਾਅਦ ਆਪਣੇ ਸਾਫ਼ ਕਰ ਲਈ, ਜੇ ਆਪਾਂ ਫਰਾਈ ਵੀਲ ਦੀ ਗੱਲ ਕਰੀਏ ਤਾਂ ਇਹ ਸਾਫ਼ ਆ, ਬਿਲਕੁਲ ਕੋਈ ਚੀਰੀ ਨਹੀਂ, ਕੋਈ ਲਾਈਨ ਨਹੀਂ। ਅਤੇ ਗੁਰੀ ਇਹਨੂੰ ਦੇਖੀ, ਇਹ ਸਾਫ਼ ਆ, ਬਿਲਕੁਲ ਕੋਈ ਇਹ 'ਤੇ ਨਹੀਂ ਚੀਰੀ, ਕੋਈ ਲਾਈਨ ਨਹੀਂ। ਪਰ ਜੇ ਕਲੱਚ ਪਲੇਟ ਦੀ ਗੱਲ ਕਰੀਏ ਤਾਂ ਕਲੱਚ ਪਲੇਟ ਦਾ ਹਾਲ ਤੁਹਾਡੇ ਸਾਹਮਣੇ ਆ।
ਤੇ ਇਧਰਲੇ ਪਾਸੇ ਦਾ ਲੈਦਰ ਬਿਲਕੁਲ ਉਖੜੀ ਪਏ ਨੇ ਤੇ ਦੂਜੇ ਪਾਸੇ ਗੱਲ ਕਰੀਏ ਤਾਂ ਕਲੱਚ ਪਲੇਟ ਦੇ ਲੈਦਰ ਹੈ ਹੀ ਨਹੀਂ। ਆਪਣੀ ਜਿਹੜੀ ਪ੍ਰੈਸ਼ਰ ਪਲੇਟ ਆ ਉਹ ਠੀਕ ਆ ਤੇ ਜਿਹੜਾ ਫਰਾਈਵੀਲ ਆ ਉਹ ਠੀਕ ਆ, ਬਾਕੀ ਹੁਣ ਇਹਦੇ ਫਿੰਗਰਾਂ ਪਾਉਣਾ, ਕਲੱਚ ਪਲੇਟ ਪਾਉਣਾ ਤੇ ਬੈਰਿੰਗ ਪਾਉਣਾ, ਇਹਨੂੰ ਕਰਦੇ ਹਾਂ ਤਿਆਰ ਹੁਣ। ਕਿਉਂ ਬਾਈ ਕਿਉਂ ਗੁਰੇ, ਇਹਦਾ ਕੀ ਤੈਨੂੰ ਮੇਨ ਕਾਰਨ ਲੱਗਦਾ ਜਿਹੜਾ ਇਹ ਮਤਲਬ ਕਲੱਚ ਪਲੇਟ ਇੰਨਾ ਚੱਕਦੀ ਆ? ਅੱਧੇ ਕਲੱਚ ਤੇ ਰਹਿੰਦੀ ਆ ਵੀ ਸਾਰੀ ਦਿਹਾੜੀ, ਜੇ ਹੁਣ ਨਿਊਟਰਲ ਕਰਕੇ ਚੱਕ ਦੇਾਂਗੇ ਤਾਂ ਫਿਰ ਹੁਣ ਚੱਕਦੀ ਫੁੱਟ ਅੱਗੇ ਫੁੱਟ ਪਿੱਛੇ ਕਰਕੇ। ਠੀਕ ਆ ਠੀਕ ਆ, ਬਾਕੀ ਪਾਓ ਕਲੱਚ ਪਲੇਟ ਬੈਰਿੰਗ ਤੇ ਫਿੰਗਰਾਂ ਕਰੋ ਤਿਆਰ ਇਹਨੂੰ। ਆਪਣੇ ਕੋਲ ਜੋ ਉਹੀ ਆ ਕੁੱਪਾ ਜਿਹੜਾ ਕਹਿ ਕੇ 2 ਕਿੱਲਿਆਂ ਦਾ ਕੱਲੀਆਂ ਛੱਲੀਆਂ ਦਾ, ਉਹ ਚੱਕਣ ਤੋਂ ਬਾਅਦ ਬਾਕੀ ਆ ਕੇ ਫਿਰ ਟੂਲਾਂ ਟਾਲਾਂ 'ਚ ਉਹਦੇ ਸਮਾਨ ਕੱਢਾਂਗੇ। ਆਪਾਂ ਨੇ ਪੁਰਾਣੀਆਂ ਫਿੰਗਰਾਂ ਕੱਢਤੀਆਂ ਜਿਹੜੀਆਂ ਘਸੀਆਂ ਹੋਈਆਂ ਸੀ, ਆਹ ਜਿਵੇਂ ਤੁਸੀਂ ਦੇਖ ਸਕਦੇ ਹੋ ਵੀ ਇਹ ਖਾਸੀਆਂ ਖਾਸੀਆਂ ਘਸ ਗਈਆਂ ਅਤੇ ਆਹ ਬੈਰਿੰਗ ਆ ਇਹ ਕੱਢਤਾ, ਹੁਣ ਨਵੀਆਂ ਫਿੰਗਰਾਂ ਪਾਉਣ ਲੱਗਾ ਹੋਇਆ। ਨਵੀਆਂ ਫਿੰਗਰਾਂ ਪਾਉਣ ਤੋਂ ਬਾਅਦ ਨਵੀਂ ਕਲੱਚ ਪਲੇਟ ਪਊਗੀ ਅਤੇ ਇਹ 'ਚ ਨਵਾਂ ਬੈਰਿੰਗ ਪਊਗਾ, ਉਹਤੋਂ ਬਾਅਦ ਇਹਨੂੰ ਕਰਕੇ ਤਿਆਰ ਸੈੱਟ ਕਰਨ ਤੋਂ ਬਾਅਦ ਫਿਰ ਮਸ਼ੀਨ 'ਚ ਪਾਉਣਾ। ਆਪਾਂ ਨੇ ਪ੍ਰੈਸ਼ਰ ਪਲੇਟ ਫਿੱਟ ਕਰ ਲਈ, ਸਪਰਿੰਗ ਰੱਖ ਤੇ ਵਿੱਚ ਫਿੰਗਰਾਂ ਪਾਤੀਆਂ ਅਤੇ ਨਟ ਨੁੱਟ ਲਾ ਕੇ ਸਾਰਾ ਕੁਛ ਓਕੇ ਕਰ ਲਿਆ। ਹੁਣ ਇਹਦੇ ਜਿਹੜੇ ਫਿੰਗਰਾਂ ਨੇ ਉਹ ਸੈੱਟ ਕਰਦੇ ਹਾਂ, ਉਹ ਸੈੱਟ ਕਰਨ ਦਾ ਤਰੀਕਾ ਤੁਹਾਨੂੰ ਆਪਾਂ ਦੱਸਦੇ ਹਾਂ। ਆਪਾਂ ਵੈਸੇ ਵੀ ਪਹਿਲਾਂ 2-3 ਵੀਡੀਓ ਇਹ ਚੀਜ਼ ਦੀਆਂ ਪਾ ਰੱਖੀਆਂ ਨੇ, ਪਰ ਫਿਰ ਵੀ ਅੱਜ ਦੁਬਾਰੋਂ ਕਲੱਚ ਪਲੇਟ ਖੋਲ੍ਹੀ ਹੋਈ ਆ ਤਾਂ ਆਪਾਂ ਦੁਬਾਰੋਂ ਦੱਸਦੇ ਹਾਂ। ਜਿਹੜੀਆਂ ਫਿੰਗਰਾਂ ਨੇ ਇਹ ਜਿਹੜਾ 13 ਦਾ ਨਟ ਹੁੰਦਾ ਉਹ 'ਤੇ ਸੈੱਟ ਕਰ ਦਿੰਦੇ ਹਾਂ ਅਤੇ ਜਿਹੜੇ 17 ਨੰਬਰ ਦੀਆਂ ਟਿੰਬਰੀਆਂ ਹੁੰਦੀਆਂ ਨੇ ਉਹ 'ਤੇ ਆਪਾਂ ਫਰੀ ਕਰ ਦਿੰਦੇ ਹੁੰਦੇ ਹਾਂ। ਆਪਾਂ ਉਰੇ ਜਿਹੜੀ ਇਹ ਕਲੱਚ ਪਲੇਟ ਦੀ ਸੈਟਿੰਗ ਆ ਉਹ ਇਸੇ ਸੈਟਿੰਗ 'ਤੇ ਚਲਾਉਂਦੇ ਹੁੰਦੇ ਹਾਂ, 13 ਦੇ ਨਟ 'ਤੇ ਬੰਨਦੇ ਹੁੰਦੇ ਹਾਂ ਅਤੇ 17 ਦੀਆਂ ਟਿੰਬਰੀਆਂ 'ਤੇ ਫਰੀ ਕਰਕੇ ਦੇਖ ਲੈਂਦੇ ਹੁੰਦੇ ਹਾਂ। ਜਿਵੇਂ ਤੁਸੀਂ ਦੇਖ ਸਕਦੇ ਹੋ ਆਹ 13 ਦਾ ਨਟ ਆ, ਆਪਾਂ ਇਹ ਨਟ ਨੂੰ ਫਿੰਗਰ ਦੇ ਉੱਪਰ ਰੱਖ ਕੇ ਫਿੰਗਰਾਂ ਨੇ ਜਿਹੜੀਆਂ ਇਹ ਨਟ 'ਤੇ ਸੈੱਟ ਕਰ ਲੈਂਦੇ ਹੁੰਦੇ ਹਾਂ ਅਤੇ ਉਹ ਤੋਂ ਬਾਅਦ ਇਸੇ ਜਗ੍ਹਾ 'ਤੇ 17 ਦੀਆਂ ਟਿੰਬਰੀਆਂ ਦੇ ਕੇ ਆਪਾਂ ਕਲੱਚ ਪਲੇਟ ਫਰੀ ਕਰਕੇ ਦੇਖ ਲੈਂਦੇ ਹੁੰਦੇ ਹਾਂ ਅਤੇ ਆਪਾਂ ਜਿਹੜੀ ਸੈਟਿੰਗ ਕਰਦੇ ਹਾਂ ਕਲੱਚ ਪਲੇਟ ਦੀ ਇਹ ਹਿਸਾਬ ਕਿਤਾਬ ਦੀ ਕਰਦੇ ਹੁੰਦੇ ਹਾਂ। 13 'ਤੇ ਬੰਨ ਲੈਂਦੇ ਹੁੰਦੇ ਹਾਂ ਫਿੰਗਰਾਂ ਅਤੇ 17 'ਤੇ ਫਰੀ ਕਰ ਲੈਂਦੇ ਹੁੰਦੇ ਹਾਂ। ਜਿਵੇਂ ਹੁਣ ਆਪਾਂ 13 'ਤੇ ਬੰਨ ਰਹੇ ਹਾਂ ਫਿੰਗਰਾਂ ਇਹ ਅਤੇ ਇਹ ਤੋਂ ਬਾਅਦ 17 'ਤੇ ਫਰੀ ਕਰਾਂਗੇ, ਉਹ ਵੀ ਤੁਹਾਨੂੰ ਦਿਖਾਉਣਾ ਵੀ ਫਰੀ ਕਿਵੇਂ ਕਰਾਂਗੇ। ਆਪਣੇ ਜਿਹੜੀਆਂ ਫਿੰਗਰਾਂ ਨੇ ਇਹ 13 ਦੇ ਨਟ 'ਤੇ ਸੈੱਟ ਕਰ ਲਈਆਂ ਅਤੇ ਹੁਣ ਆਪਾਂ ਆਹ ਜਗ੍ਹਾ 'ਤੇ 17 ਦੇ ਟਿੰਬਰੀਆਂ ਦੇ ਕੇ ਦੇਖਾਂਗੇ 2 ਫਿੰਗਰਾਂ 'ਤੇ ਅਤੇ ਉਹ ਤੋਂ ਬਾਅਦ ਦੇਖਦੇ ਹਾਂ ਵੀ ਕਲੱਚ ਪਲੇਟ ਫਰੀ ਹੁੰਦੀ ਆ ਕਿ ਨਾ।
ਨੀਚੇ ਆ ਗਏ। ਜੇ ਆਪਾਂ ਕਲੱਚ ਪਲੇਟ ਦੀ ਗੱਲ ਕਰੀਏ ਤਾਂ ਕਲੱਚ ਪਲੇਟ ਆ ਜਿਹੜੀ ਇਹ ਫ੍ਰੀ ਆ। ਜਿਹੜੀ ਆਪਣੀ ਕਲੱਚ ਪਲੇਟ ਦੀ ਸੈਟਿੰਗ ਹੁੰਦੀ ਆ ਆਪਾਂ ਆਹ ਸੈਟਿੰਗ 'ਤੇ ਕਲੱਚ ਪਲੇਟ ਬੰਨ ਦਿੰਦੇ ਹਾਂ। ਜੇ ਕਲੱਚ ਪਲੇਟ ਦੇ ਚੱਲਣ ਦੀ ਗੱਲ ਕਰੀਏ ਤਾਂ ਕਲੱਚ ਪਲੇਟ ਆ ਜਿਹੜੀ ਆਪਣੇ ਕੋਲ ਵਧੀਆ ਟਾਈਮ ਲਾ ਜਾਂਦੀ ਆ ਉਹ ਆਪਾਂ ਆਪਣੀਆਂ ਜਿੰਨੀਆਂ ਵੀ ਮਸ਼ੀਨਾਂ ਦੀ ਕਲੱਚ ਪਲੇਟ ਬੰਨਦੇ ਹਾਂ ਆਹੀ ਸੈਟਿੰਗ 'ਤੇ ਬੰਨਦੇ ਹਾਂ। ਲੈ ਵੀ ਗੁਰੀ ਟਿੰਬਰੀਆਂ ਕੱਢਦੇ, ਟਿੰਬਰੀਆਂ ਕੱਢਣ ਤੋਂ ਬਾਅਦ ਪਾਓ ਕਲੱਚ ਪਲੇਟ ਮਸ਼ੀਨ ਦੇ ਵਿੱਚ। ਆਪਾਂ ਜਿਹੜਾ ਬੈਰਿੰਗ ਪਾਉਣਾ ਸੀ ਬੈਰਿੰਗ ਨਵਾਂ ਪਾਤਾ, ਕਲੱਚ ਪਲੇਟ ਨਵੀਂ ਪੈ ਗਈ, ਫਿੰਗਰਾਂ ਨਵੀਆਂ ਪੈ ਗਈਆਂ। ਅਤੇ ਹੁਣ ਕਲੱਚ ਪਲੇਟ ਨੂੰ ਮਸ਼ੀਨ ਦੇ ਵਿੱਚ ਪਾਉਣਾ, ਪਾਉਣ ਤੋਂ ਬਾਅਦ ਆਪਾਂ ਮੱਕੀ ਜਿਹੜਾ ਕੁੱਪਾ ਉਹ ਕੱਢ ਕੇ ਆਉਣਾ। ਇੱਥੇ ਹੱਥੀਂ ਤੋੜੀਆਂ ਛੱਲੀਆਂ ਦਾ 2 ਕੀਰਾਂ ਦਾ ਕੁੱਪਾ ਉਹ ਨਮੇੜ ਕੇ ਆਉਣਾ। ਉਹਤੋਂ ਬਾਅਦ ਆ ਕੇ ਦੁਬਾਰਾ ਆਪਾਂ ਮਸ਼ੀਨ ਦੇ ਟੂਲਾਂ 'ਚੋਂ ਸਮਾਨ ਕੱਢ ਕੇ ਮਸ਼ੀਨ ਦੀ ਜਿਹੜੇ ਲਿਖਣਾ ਸਮਾਨ ਉਹ ਲਿਖਾਂਗੇ। ਅਤੇ ਮਾਮਾ ਲੈ ਪਾਓ ਫਟਾਫਟ ਫਿਰ ਇਹਨੂੰ ਚੱਲੋ ਮਸ਼ੀਨ ਨੂੰ ਲੈ ਕੇ। ਆਪਾਂ ਨੂੰ ਇਹ ਕਲੱਚ ਪਲੇਟ ਪਾਉਣ ਤੋਂ ਪਹਿਲਾਂ ਜਿਹੜੀ ਆ ਪੁਲੀ ਆ ਇਹ ਕੱਢਣੀ ਪੈਂਦੀ ਆ। ਉਹਦਾ ਕਾਰਨ ਇਹ ਆ ਵੀ ਜਿਹੜੀ ਮਸ਼ੀਨ 'ਤੇ ਡਿਸਕ ਲੱਗੀ ਹੋਈ ਆ ਉਹ ਵੱਡੀ ਆ, ਜਿਹਦੇ ਨਾਲ ਕਲੱਚ ਪਲੇਟ ਵਾਲੀ ਪੁਲੀ ਜੇ ਆਪਾਂ ਪਾ ਕੇ ਕਲੱਚ ਪਲੇਟ ਪਾਉਂਦੇ ਹਾਂ ਤਾਂ ਪੈਂਦੀ ਨਹੀਂ ਹੈਗੀ। ਆਪਾਂ ਪਹਿਲਾਂ ਪੁਲੀ ਪੱਟ ਕੇ ਕਲੱਚ ਪਲੇਟ ਪਾਵਾਂਗੇ ਹੁਣ, ਉਹ ਤੋਂ ਬਾਅਦ ਪੁਲੀ ਕੱਸਾਂਗੇ। ਉਹ ਤੋਂ ਬਾਅਦ ਜਿਹੜਾ ਆਪਣੀ ਮਸ਼ੀਨ ਦਾ ਕਲੱਚ ਪਲੇਟ ਦਾ ਕੰਮ ਆ ਇਹ ਓਕੇ ਆ। ਮਸ਼ੀਨ ਆਪਣੀ ਤਿਆਰ ਆ, ਕਲੱਚ ਪਲੇਟ ਪੈ ਗਈ, ਟਾਇਰ ਲੱਗ ਗਿਆ ਅਤੇ ਮਸ਼ੀਨ ਤਿਆਰ ਆ। ਹੁਣ ਜਦੋਂ ਖੇਤ ਵਾਲੇ ਨੂੰ ਆਪਣੇ ਫੋਨ ਕੀਤਾ ਤਾਂ ਜਿਹੜਾ ਖੇਤ ਵਾਲਾ ਬੰਦਾ ਉਹ ਕਹਿੰਦਾ ਦੁਪਹਿਰੇ ਧੁੱਪ ਜ਼ਿਆਦਾ ਵੀ ਆਪਾਂ ਸ਼ਾਮ ਨੂੰ ਜਿਹੜਾ ਕੁੱਪਾ ਸ਼ਾਮ ਨੂੰ ਕੱਢਾਂਗੇ। ਕਿਉਂ ਗੁਰੀ ਖੇਤ ਵਾਲਿਆਂ ਗੱਲ ਹੋਈ ਆ ਬਾਈ ਤੇਰੀ? ਕੀ ਕਹਿੰਦੇ ਖੇਤ ਵਾਲਾ ਸ਼ਾਮ ਨੂੰ ਕੀ ਕਹਿੰਦਾ? ਹੁਣ ਦੁਪਹਿਰੇ ਧੁੱਪ ਜ਼ਿਆਦਾ? ਠੀਕ ਆ ਠੀਕ ਆ। ਆਪਾਂ ਚਲ ਘੰਟਾ ਦੋ ਘੰਟੇ ਜਿਹੜਾ ਮਾੜਾ ਮੋਟਾ ਕੰਮ ਕਰਨ ਵਾਲਾ ਇਹਦਾ ਆ ਜਿਹੜਾ ਕੱਢਿਆ ਸਮਾਨ ਇਹਦਾ ਲਿਸਟਾਂ ਬਣਾ ਲੈਂਦੇ ਹਾਂ ਅਤੇ ਸ਼ਾਮ ਨੂੰ ਜਾ ਕੇ ਆਪਾਂ ਜਿਹੜਾ ਉਹਦਾ ਕੁੱਪਾ ਫੜਾਵਾਂਗੇ ਫਿਰ। ਠੀਕ ਆ, ਇੰਨਾ ਆਪਾਂ ਇਹਦਾ ਲਿਸਟਾਂ ਬਣਾ ਲੈਂਦੇ ਫਿਰ। ਮਾਮਾ ਚਾਹ ਪਾਣੀ ਪੀ ਲਿਆ ਆਪਾਂ ਨੇ ਅਤੇ ਬਾਕੀ ਜਿਹੜਾ ਸਮਾਨ ਸੀ ਮਾੜਾ ਮੋਟਾ ਟੂਲਾਂ 'ਚ ਕੱਢਿਆ ਸੀ ਆਪਾਂ ਨੇ ਉਹ ਲਿਖ ਲਿਆ ਅਤੇ ਉਹ ਬੰਦੇ ਦਾ ਫੋਨ ਆ ਗਿਆ। ਉਹ ਕਹਿੰਦਾ ਮੈਨੂੰ ਕੰਮ ਆ, ਮੈਂ ਜਾਣਾ ਫਿਰ, ਤੁਸੀਂ ਮਸ਼ੀਨ ਲਿਆਓ, ਕਹਿੰਦਾ ਜਿਹੜਾ ਛੱਲੀਆਂ ਦਾ ਕੁੱਪਾ ਵੀ ਉਹ ਕੱਢ ਜਾਓ ਤੁਸੀਂ ਅਤੇ ਮਸ਼ੀਨ 'ਤੇ ਕਾਟਰ ਪਾ ਲਓ, ਕਾਟਰ ਪਾ ਕੇ ਲੈ ਕੇ ਚੱਲੋ ਅਤੇ ਉਹਦਾ ਕੁੱਪੇ ਦਾ ਕੰਮ ਨਿਬੇੜ ਕੇ ਆਈਏ। ਠੀਕ ਆ, ਜਾਂਦਾ ਹੋਇਆ ਗੁਰੀ ਇਹਦਾ ਕਾਟਰ ਮੂਹਰੇ ਪਾ ਕੇ ਲੈ ਜਾਈ ਮਸ਼ੀਨ ਦੇ ਅਤੇ ਉਹ ਜਿਹੜਾ ਪਰਲਾ ਕੱਚਾ ਰਸਤਾ ਉਹਦੇ ਵਿੱਚ ਹੀ ਜਾਊ ਮਸ਼ੀਨ ਅਤੇ ਲੈ ਜਾ।
ਕਿਉਂ ਮਾਮਾ ਕੀ ਚੱਕੀ ਆਉਣਾ ਸਟਾਫ ਵਾਕਣ ਵਾਲੀ ਮੱਕੀ ਆ ਚੱਲ ਇਹਦਾ ਜਾਲੀ ਪੱਟ ਕੇ ਸਰ ਗਿਆ ਇਹਦਾ ਜਦੋਂ ਅੰਦਰ ਜਾਂਦੇ ਨੇ ਗੁੱਲ ਐਂ ਲਾ ਲਾ ਘੱਟੋ ਘੱਟ ਇਕੱਠਾ 150-200 ਜਾਂਦੇ ਨੇ ਜਾਲੀ ਉਹ ਪੱਟੀਆਂ ਨਹੀਂ ਪਤਾ ਅੰਦਰੋਂ ਤੋੜ ਕੀ ਦੇਣ ਫਿਰ ਦੇਖ ਲੈ ਇੱਕ ਵਾਰ ਜਿੰਨੀ ਕੁੱਕੜੀ ਜਾਣੀ ਤਾਂ ਪੱਟੂ ਇਹ ਜਾਲੀ ਜੂਲੀ ਤਾਂ ਇਹਦਾ ਐਂ ਤੋਂ ਬਾਅਦ ਅੰਦਰ ਕੋਈ ਐਂਗਲ ਮੂਹਰੇ ਟਿੱਕਾ ਲਾਉਂਦਾ ਐਂਗਲ ਪੱਟ ਦੇ ਉਹੀ ਗੱਲ ਆ ਕਿਉਂਕਿ ਜੇ ਤਾਂ ਵਾਢੀ ਕਰਦੀ ਹੋਵੇ ਮਸ਼ੀਨ ਫਿਰ ਤਾਂ ਕੁਛ ਹੋਰ ਹਿਸਾਬ ਕਿਤਾਬ ਹੁੰਦਾ ਖਾਲੀ ਹੁੰਦੀ ਰਹਿੰਦੀਆਂ ਮਸ਼ੀਨ ਭਰਦੀ ਰਹਿੰਦੀਆਂ ਹੁਣ ਐਂ ਲਾ ਲਵੇ ਲਗਾਤਾਰ ਇਹ ਜਿਹੜੇ ਛੱਲੀਆਂ ਦੇ ਹਾਂ ਲਈ ਜਾਂਦੀ ਆ ਅਣਗਿਣਤ ਚੱਲ ਰਿਹਾ ਹੁਣ ਐਂ ਲਾ ਲਵੇ ਕਿਤੇ ਧੱਕੇ ਨਾਲ ਚੱਕੀ ਜਾਂਦੀ ਆ ਇਹ ਟੁੱਟਣ ਦਾ ਹੈਗਾ ਹੀ ਆ ਬਾਕੀ ਖੜਕਾ ਦੇ ਲਾ ਮਸ਼ੀਨ ਦੇ ਅੰਦਰੋਂ ਕਿਵੇਂ ਆਉਂਦਾ ਜਿਵੇਂ ਘਣ ਲੈ ਕੇ ਕੋਈ ਤੋੜਨ ਲੱਗਿਆ ਹੋਵੇ ਉਹੀ ਗੱਲ ਆ ਕਿਉਂ ਮਾਮਾ ਕਿਵੇਂ ਗਰਮੀ ਖਾਸੀ ਹੈ ਨਾ ਦੁਪਹਿਰੇ ਦੁਪਹਿਰੇ ਤਾਂ ਬੱਸ ਹੋ ਜਾਂਦੀ ਆ ਮੈਨੂੰ ਲੱਗਦਾ ਜਿਹੜਾ ਟੈਂਪਰੇਚਰ ਹੁੰਦਾ 40 ਤੋਂ ਉੱਪਰੇ ਹੁੰਦਾ ਉਹ ਦੁਪਹਿਰੇ ਤਾਂ ਐਂ ਲਾ ਲਾ ਵੀ ਨਾ ਤਾਂ ਕਿਤੇ ਵੀ ਬਾਹਰ ਬਹਿ ਕੇ ਬੰਦਾ ਇਹਨੂੰ ਐਂ ਆਉਂਦਾ ਵੀ ਆਰਾਮ ਮਿਲਦਾ ਕਿਉਂਕਿ ਲੋ ਬਹੁਤ ਚੱਲਦੀ ਹੁੰਦੀ ਹੈ ਤੂੰ ਐਂ ਲਾ ਲਾ ਵੀ ਹੁਣ 5 ਵੱਜ ਗਏ ਹੁਣ ਵੀ ਮਤਲਬ ਵਧੀਆ ਗਰਮੀ ਆ ਹਾਂ ਵੀ ਮਤਲਬ ਐਂ ਲਾ ਲਾ ਵੀ ਸੂਰਜ ਜ਼ਰੂਰ ਥੋੜ੍ਹਾ ਮੋਟਾ ਘੱਟ ਗਿਆ ਪਰ ਜੇ ਗਰਮੀ ਦੀ ਗੱਲ ਕਰੀਏ ਤਾਂ ਗਰਮੀ 19 ਆ ਬਾਕੀ ਉਰੇ ਮਾਮਾ ਐਂ ਦੱਸ ਵੀ ਜਿਹੜੀ ਇਹ 1 ਕਿਲੋ ਜੋ ਮੱਕੀ ਨਿਕਲਦੀ ਆ ਇਹਦੀ ਕੀ ਐਵਰੇਜ ਆਉਂਦੀ ਆ ਇਹਦੀ ਐਵਰੇਜ ਆ ਰਹੀ ਹੈਗੀ ਆਪਣੇ 40 ਤੋਂ ਲੈ ਕੇ 45 ਦੇ ਵਿੱਚ ਵਿੱਚ ਆ ਜਾਂਦੀ ਆ ਹਾਂ ਜਿਹੜੇ ਬੰਦੇ ਦੇ ਆਪਣੇ ਵੱਡੀ ਆ ਮੈਂ ਵੀ ਬਹੁਤੇ ਬੰਦੇ ਨੂੰ ਪੁੱਛਿਆ ਕਿਸੇ ਦੀ 40 42 45 ਉਰੇ ਤੱਕ ਐਵਰੇਜ ਨੇ ਬਹੁਤ ਖੁਸ਼ ਨੇ ਇਹ ਖੁਸ਼ ਨੇ ਲੋਕ ਇਹ ਵਧੀਆ ਤੇ ਬਾਕੀ ਮਸ਼ੀਨ ਦਾ ਟੈਂਕ ਭਰ ਗਿਆ ਟਰੈਕਟਰ ਪਿੰਡ ਦਾਣੇ ਸੱਟਣ ਗਿਆ ਹੋਇਆ ਤੇ ਟੈਂਕ ਭਰ ਕੇ ਮਸ਼ੀਨ ਖੜੀ ਆ ਆਪਾਂ ਜਿਹੜੀਆਂ ਇਹ ਛੱਲੀਆਂ ਕੱਢਣਾ ਆ ਉਹ ਇਹਨਾਂ ਨੇ ਆਹ ਖੇਤ 'ਚੋਂ ਤੋੜੀਆਂ ਨੇ ਜਿਹੜਾ ਤੁਸੀਂ ਸਾਹਮਣੇ ਇਹ ਮੱਕੀ ਦਾ ਖੇਤ ਦੇਖ ਰਹੇ ਹੋ ਇਹ 2 ਕਿਲੋ ਦਾ ਖੇਤ ਆ ਅਤੇ ਇਹਨਾਂ 'ਚੋਂ ਤੋੜ ਕੇ ਇਹਨਾਂ ਨੇ ਛੱਲੀਆਂ ਦਾ ਢੇਰ ਲਾ ਲਿਆ ਅਤੇ ਆਪਾਂ ਮਸ਼ੀਨ ਨਾਲ ਹੁਣ ਕੱਪਾ ਫੜਨਾ ਇਹਦਾ ਬਾਕੀ ਰਹੀ ਗੱਲ ਜਿਹੜੀ ਤੁਸੀਂ ਆਹ ਦੇਖ ਰਹੇ ਹੋ ਇਹ ਸੂਰਜਮੁਖੀ ਆ ਇਹ ਜਿਹੜਾ ਤੁਸੀਂ ਏਰੀਆ ਦੇਖ ਰਹੇ ਹੋ ਇਹ ਸਾਰਾ ਏਰੀਆ ਸੂਰਜਮੁਖੀ ਦਾ ਰਸਤੇ ਤੋਂ ਉੱਧਰਲੇ ਪਾਸੇ ਵੀ ਸੂਰਜਮੁਖੀ ਰਸਤੇ ਦੇ ਇੱਧਰਲੇ ਪਾਸੇ ਵੀ ਸੂਰਜਮੁਖੀ ਇਹ ਏਰੀਆ 'ਚ ਸਾਰੇ ਕਿਤੇ ਸੂਰਜਮੁਖੀ ਹੁੰਦੇ ਆ ਵਿੱਚ ਇੱਕ ਅੱਧਾ ਖੇਤ ਐਵੇਂ ਜਿਵੇਂ ਤੁਹਾਨੂੰ ਮੱਖੀ ਦਾ ਮਿਲ ਗਿਆ ਜਾਂ ਆਹ ਜਿਹੀ 'ਚ ਆਪਾਂ ਖੜੇ ਹਾਂ ਇਹ ਚਣਿਆਂ ਦਾ ਖੇਤ ਆ ਐਂ ਮਾਰੂ ਜਿਹਾਂ ਫਸਲਾਂ ਨੇ ਮਤਲਬ ਅਤੇ ਬਾਕੀ ਰਹਿ ਗਈ ਗੱਲ ਉਰੇ ਪਾਣੀ ਦੀ ਘਾਟ ਹੋਣ ਕਰਕੇ ਇਹ ਸਾਰਾ ਏਰੀਆ ਜਿਹੜਾ ਇਹ ਸੂਰਜਮੁਖੀ ਦਾ ਟਾਈਮ ਕਰੀਬ 5 ਵੱਜ ਗਏ ਅਤੇ ਜੇ ਗਰਮੀ ਦੀ ਗੱਲ ਕਰੀਏ ਹੁਣ ਇੰਨੀ ਗਰਮੀ ਆ ਵੀ ਹੁਣ ਵੀ ਜਿਹੜਾ ਮਸ਼ੀਨ ਦਾ ਇੰਜਣ ਆ ਉਹਦਾ ਟੈਂਪਰੇਚਰ ਜਿਹੜਾ ਉਹ 90-95 ਦੇ ਵਿੱਚ ਆ ਅਤੇ ਗਰਮੀ ਇੱਥੇ ਇੰਨੀ ਕੁ ਪੈਂਦੀ ਆ ਵੀ ਦੁਪਹਿਰੇ ਬੱਸ ਹੋਣ ਵਾਲਾ ਕੰਮ ਹੋ ਜਾਂਦਾ ਅਤੇ ਇੱਕ ਲੋ ਚੱਲਦੀ ਹੁੰਦੀ ਆ ਜੇ ਕਿਤੇ ਮਤਲਬ ਦੁਪਹਿਰ ਦੇ ਵਿੱਚ ਕੋਈ ਮਸ਼ੀਨ ਬ੍ਰੇਕ ਡਾਊਨ ਦੇ ਜੇ ਜਾਂ ਆਉਣਾ ਜਾਣਾ ਪੈ ਜਾ ਮਾਮਾ ਐਂ ਲਾ ਲਾ ਵੀ ਬੰਦਾ ਇੱਕ ਤਰ੍ਹਾਂ ਨਾਲ ਮਤਲਬ ਨਾ ਤਾਂ ਜਵਾਬ ਦੇ ਸਕੇ ਹਾਂ ਮਤਲਬ ਐਂ ਲਾ ਲਾ ਵੀ ਸਜ਼ਾ ਦੇ ਨਾਲ ਹੀ ਕੰਮ ਹੋ ਜਾਂਦਾ ਬੋਲਿਆ ਨਹੀਂ ਜਾਂਦਾ ਕਿਉਂਕਿ ਗਰਮੀ ਦੇ ਉਰੇ ਆਹ ਦਿਨਾਂ ਦੇ ਵਿੱਚ ਗਰਮੀ ਦਾ ਨਹੀਂ ਉਰੇ ਕੋਈ ਪਤਾ ਵੀ ਕਿੰਨੀ ਕੁ ਹੋ ਜੇ ਬਾਕੀ ਜੇ ਮੌਸਮ ਦੀ ਗੱਲ ਕਰੀਏ ਉੱਪਰੋਂ ਤਾਂ ਮੌਸਮ ਵੀ ਉਰੇ ਐਂ ਨਹੀਂ ਪਤਾ ਹੈਗਾ ਵੀ 1 ਮਿੰਟ 'ਚ ਧੁੱਪਾ ਅਤੇ ਕਦੋਂ ਬੱਦਲ ਚੜ੍ਹ ਕੇ ਮੀਂਹ ਆ ਜੇ ਹਾਂ ਉਹ ਵੀ ਇਹਨਾਂ ਦਾ ਨਹੀਂ ਪਤਾ ਲੱਗਦਾ ਵੀ ਕਿਹੜੇ ਟਾਈਮ ਮਤਲਬ ਇਹ ਬਰਨ ਲੱਗ ਜੇ ਉੱਪਰੋਂ ਬਾਕੀ ਏਰੀਆ ਇਹ ਸਾਰਾ ਤੁਸੀਂ ਦੇਖ ਰਹੇ ਹੋ ਜਿਹੜਾ ਇਹ ਤੇਲੰਗਾਨਾ ਸਟੇਟ ਦਾ ਏਰੀਆ
ਮਸ਼ੀਨ ਨੇ ਸਾਰਾ ਜਿਹੜਾ ਛੱਲੀਆਂ ਦਾ ਕੁੱਪਾ ਸੀ ਉਹ ਚੱਕ ਲਿਆ ਤੇ ਲਾਸਟ ਤੇ ਦੋ ਤਿੰਨ ਟੋਕਰੀਆਂ ਜੇ ਆਪਾਂ ਕਹਿ ਦਈਏ ਤਾਂ ਛੱਲੀਆਂ ਦੇ ਰਹਿ ਜਾਂਦੀਆਂ ਨੇ। ਇਹ ਚੱਕ ਕੇ ਟੋਕਰੀਆਂ ਵਿੱਚ ਪਾਉਣੇ ਪੈਂਦੇ ਨੇ ਕਿਉਂਕਿ ਜੇ ਆਪਾਂ ਰੀਲ ਨਾਲ ਚੱਕਦੇ ਹਾਂ ਤਾਂ ਜਿਹੜਾ ਇਹ ਇਹਨਾਂ ਦਾ ਹੇਠਾਂ ਪੱਲੜ ਵਸਾਇਆ ਹੋਇਆ ਟਰਨ ਇਹਨੂੰ ਵਿੱਚ ਖਿੱਚ ਲੈਂਦੀਆਂ ਨੇ, ਜਿਹਦੇ ਕਰਕੇ ਇਹਨਾਂ ਦੇ ਨਵੇਂ ਪੱਲੜ ਨੇ ਇਹ ਪਾਟਣ ਪੁੱਟਣ ਦਾ ਖਤਰਾ ਰਹਿੰਦਾ ਜਾਂ ਮਸ਼ੀਨ ਇਹਨੂੰ ਅੰਦਰ ਲੈ ਜਾਂਦੀ ਆ ਥਰੈਸ਼ਰ ਦੇ ਆਲੇ ਦੁਆਲੇ ਲਿਪਟ ਜਾਂਦਾ ਇਹ। ਅਤੇ ਐਂਡਲੀਆਂ ਪੰਜ ਚਾਰ ਟੋਕਰੀਆਂ ਚੱਕ ਕੇ ਵਿੱਚ ਪਾਉਣੀਆਂ ਪੈਂਦੀਆਂ ਨੇ, ਜਿਵੇਂ ਇਹ 2 ਕਿੱਲੋ ਦਾ ਕੁੱਪਾ ਸੀ ਮਸ਼ੀਨ ਨੇ ਸਾਰਾ ਕੱਢ ਲਿਆ ਅਤੇ ਇਹ ਪੰਜ ਚਾਰ ਟੋਕਰੀਆਂ ਬਚੇ ਨੇ, ਇਹ ਚੱਕ ਕੇ ਖੇਤ ਵਾਲਾ ਪਾਉਂਦਾ, ਉਹ ਤੋਂ ਬਾਅਦ ਜਿਹੜਾ ਕੁੱਪੇ ਦਾ ਕੰਮ ਆ ਉਹ ਆਪਣਾ ਖਤਮ ਆ। ਪੂਰੇ ਜਿਹੜਾ ਆਪਣਾ ਮੱਕੀ ਦਾ ਕੁੱਪੇ ਫੜਨ ਵਾਲਾ ਕੰਮ ਸੀ ਉਹ ਨਿਬੜ ਗਿਆ, ਅਤੇ ਇਹ ਜਿਹੜਾ ਖੇਤ ਵਾਲਾ ਇਹਦੀਆਂ ਇਹ 4 ਟਰਾਲੀਆਂ ਹੋਈਆਂ ਨੇ ਮੱਕੀ ਦੀਆਂ। ਅਤੇ ਜੇ ਖੇਤ ਦੀ ਗੱਲ ਕਰੀਏ ਤਾਂ ਖੇਤ ਇਹਦਾ 2 ਕਿੱਲੇ ਆ। ਇਹ ਜਿਹੜੀ ਟਰਾਲੀ ਆ ਇਹ ਟਰਾਲੀ ਦੇ ਵਿੱਚ ਤਕਰੀਬਨ ਜਿਹੜੇ ਦੱਸਣ ਦੇ ਹਿਸਾਬ ਨਾਲ 20 ਕੁਇੰਟਲ ਪੈਂਦੇ ਨੇ, ਅਤੇ 2 ਕਿੱਲੇ ਖੇਤ ਆ, 4 ਟਰਾਲੀਆਂ ਹੋ ਗਏ 80 ਕੁਇੰਟਲ ਹੋ ਗਏ, ਅਤੇ ਜੇ ਕਿੱਲੇ ਦੀ ਐਵਰੇਜ ਕੱਢੀਏ ਤਾਂ 40 ਕੁਇੰਟਲ ਦੀ 1 ਕਿੱਲੇ ਦੀ ਐਵਰੇਜ ਆਈ ਆ। ਬਾਕੀ ਕੰਮ ਨਿਬੜ ਗਿਆ, ਹੁਣ ਮਸ਼ੀਨ ਨੂੰ ਲੈ ਕੇ ਚੱਲਦੇ ਹਾਂ ਠਿਕਾਣੇ 'ਤੇ, ਠਿਕਾਣੇ 'ਤੇ ਲਿਜਾਣ ਤੋਂ ਬਾਅਦ ਇਹਨੂੰ ਸਾਫ਼ ਕਰਦੇ ਹਾਂ, ਅਤੇ ਬਾਕੀ ਜਿਹੜਾ ਟੂਲਾਂ 'ਚੋਂ ਸਮਾਨ ਕੱਢ ਕੇ ਲਿਖਣ ਵਾਲਾ ਕੰਮ ਆ ਉਹ ਕੱਲ੍ਹ ਨੂੰ ਸਵੇਰੇ ਕਰਾਂਗੇ ਆਪਾਂ। ਹੁਣ ਮਸ਼ੀਨ ਲੈ ਕੇ ਚੱਲਦੇ ਹਾਂ। ਪਹਿਲਾਂ ਆਪਾਂ ਨੇ ਆਪਣੀ ਮਸ਼ੀਨ ਟਿਕਾਣੇ 'ਤੇ ਲਿਆਂਦੀ ਅਤੇ ਹੁਣ ਇਹਨੂੰ ਸਾਫ਼ ਕਰਦੇ ਹਾਂ, ਇਹਨੂੰ ਸਾਫ਼ ਕਰਨ ਤੋਂ ਬਾਅਦ ਰੋਟੀ ਪਾਣੀ ਖਾਂਦੇ ਹਾਂ, ਉਹ ਤੋਂ ਬਾਅਦ ਆਰਾਮ ਕਰਦੇ ਹਾਂ, ਅਤੇ ਬਾਕੀ ਜਿਹੜਾ ਟੂਲਾਂ 'ਚ ਪਏ ਸਮਾਨ ਦੀਆਂ ਲਿਸਟਾਂ ਬਣਾਉਣੀਆਂ ਲਿਖਣਾ ਉਹ ਆਪਾਂ ਕੱਲ੍ਹ ਨੂੰ ਦਿਨੇ ਕਰਾਂਗੇ। ਅੱਜ ਦੇ ਬਲੌਗ ਨੂੰ ਇੱਥੇ ਕਰਦੇ ਹਾਂ ਸਮਾਪਤ। ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਓ, ਬੈੱਲ ਆਈਕਨ ਦੇ ਬਟਨ ਨੂੰ ਦੱਬ ਲਓ, ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਲਾਈਕ ਕਰਿਆ ਕਰੋ।